स्नेहा धीर, सांधा पंजाब टीवी, अमृत। जिस तरह के रोजगार सारे ठप पे ने इस लॉकडाउन के दौरान, कोरोना के डर के दौरान पूरे हिंदुस्तान से काम ठप पे ने, तो ये बेचारे गरीब लोग अपने फैमिली को चलाने वास्ते थोड़ी बहुत जो मेहनत मजदूरी कर रहे हैं। इन्हों के बेटे जो कि वर्दी में सी, जो कि सिलेंडर वाली एजेंसी काम कर रहे हैं, वो और उस इस दौरान जनता, गरीब जनता जो है कितने जाए, की करे, ये असी इन्हों को पूछांगे हूँ कि भी इदा के नाल जो इन्ना धक्का होने के बाद फिर की करेंगे और कार्रवाई करोगे। गल सर ये हुई है कि कल 4 या 5 बजे साढ़े घर लेट हुई है। हाँ जी, उस टाइम मेरी भैन की गुड़िया का जन्मदिन से, साढ़े घर के मम्मी होनी साहब उधर गए ही, आ सूरज मेरा भरा आ गया एजेंसी के बेच, ये मालक ना भी खुद गल कर सकनगे जो मर्जी कर लैन, तो उस इलाके वाले भी कहे भी जिते सिलेंडर लाँगा। दूजी गल ये जनाब, जे मेरे घरों लॉकडाउन का काम बंद पिया है, ये पुराना समान पिया है, घर मैं भी नहीं हाँ, मैं इधर नाल का मुंडा है मलबे वाला, वो नाल मैं अपना मेहनत मजदूरी करके अपने घर का रोज़गार चलाना है। ठीक है, दूजी गल ये जनाब, अही घर नहीं हाँ, साढ़े घर अंदर वर के जो भी इधरों उधरों समान समून फर के इकट्ठा करके लै गई पुलिस। ठीक है, अं ये चाहते हाँ जो परचा हो मिलते हो मिलते कर दें, चलो ठीक है, मैनू जायज आ। बाकी भी ये एजेंसी काम करता ये भी गलत होंगे, ये मेरी मम्मी जी आ, ये भी गलत होंगे क्योंकि ये अड्डे से अं ना बैठे हाँ, जिदन लेट की ना ही अगे काम कर दे, जे इन्हों को वीडियो हैगी तो सू दिखा देना। उन्हें बहुटी बैठी बूहे च, तो इनू अवे तवे की चपेड़ा भी मारिया इंस्पैक्टर ने मैडम ने, तो मैं इनू सडाउन लगी तो मेरा मत्था बजा कंधना, मैनू भी धमकिया लाइया। हूँ जिमें कोई एस एच ओ नवी आई है, ये दिल पा गया है, ये आ गए एक पहले पत्ता है, हूँ तो देते हो कि बिना गलत तो दे करते पे आ। ਸਾਨੂੰ ਵੀ ਕਹਿੰਦੇ ਕਿ ਤੁਹਾਨੂੰ ਵੀ ਤੁਹਾਡੇ 'ਤੇ ਵੀ ਅਸੀਂ ਪਰਚੇ ਕਰਦੇ ਨੇ ਆ, ਤੁਹਾਨੂੰ ਵੀ ਅਸੀਂ ਗੱਡੀ 'ਚ ਸੁੱਟ ਰਹੇ, 9 ਮਹੀਨੇ ਬੁਖਾਰ ਚੜ੍ਹਦੇ ਨੂੰ 2 ਮਹੀਨੇ ਹੋ ਗਏ ਆ, ਉਹਦੇ ਵਿੱਚ ਪੇੜਾ ਮਾਰ ਗਿਆ। ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ ਹੋ? ਅਸੀਂ ਸਰਕਾਰ ਕੋਲ ਕਰਦੇ, ਬੰਦਾ ਮੇਰਾ ਸਿਰ 'ਤੇ ਨਹੀਂ, ਅਤੇ ਅਸੀਂ ਮਾੜੀ ਮੋਟੀ ਰੋਟੀ ਚਲਾਉਣੇ, ਸਾਡੇ ਕੋਲ ਤਾਂ ਕੁਛ ਫੜਿਆ, ਅਸੀਂ ਇਹੋ ਜਿਹਾ ਕੰਮ ਕਰਦੇ ਵੀ ਨਹੀਂ, ਮੁੰਡਾ ਮੇਰਾ ਬੈਂਕ 'ਚ ਲੱਗਾ। देखो जी, अं कार्रवाई की करनी, अं वे अफसर को जावे, कमिश्नर साहब के कोल जावे, डीसी साहब के कोल जावे, साडा तो यो इन्ना कि है, अं सा ना कि इतों सुननी है, तो अं सारा अज मेरे परचा कल नौवा दे, कल धीया दे, मैं किधर जाऊँ, इस इन्नी धमकी मैनू दे के पुलिस फिर इतने ही बसा। मेरे बच्चे इन्ने डरे हुए हैं, ਇਹਨਾਂ ਦੇ ਬੱਚੇ ਪੁਲਿਸ ਸਾਨੂੰ ਘਰ ਪੈਰ ਨਹੀਂ ਲੱਗਣ ਦਿੰਦੇ। ਮੈਂ ਕਿਹਾ ਇਹਨਾਂ ਦੇ ਬੱਚੇ ਇੰਨੇ ਡਰੇ ਹੋਏ ਆ, ਵਿਚਾਰੇ ਘਰ ਨਹੀਂ ਬਹਿ ਸਕਦੇ, ਮਗਰ ਜਨਾਨੀਆਂ ਇਕੱਲੀਆਂ ਕੀ ਕਰਨ, ਜਨਾਨੀਆਂ ਇਕੱਲੀਆਂ ਕੀ ਕਰਨ, ਤੁਸੀਂ ਖੁਦ ਵੇਖ ਰਹੇ ਹੋ ਕਿਵੇਂ ਸਹਿਮੇ ਹੋਏ ਆ, ਕਿਵੇਂ ਡਰੇ ਹੋਏ ਆ। ਚਾਰ ਬੱਚੇ ਸਾਡੇ ਭਾਜੀ ਸਹਿਮੇ, ਤੇ ਅਸੀਂ ਕਿਧਰ ਲੈ ਕੇ ਤੁਰੇ ਫਿਰਨਾ। ਤੀਨ ਉਸ ਆਦਮੀ ਦੀ ਧਰਮ ਪਤਨੀ ਸਾਡੇ ਨਾਲ ਖੜੀ ਹੈ, ਤੇ ਅਸੀਂ ਪੁੱਛਣਾ ਚਾਹੁੰਦੇ ਕਿ ਕੀ ਮੰਗ ਕਰਨਾ ਚਾਹੋਗੇ ਤੁਸੀਂ ਸਰਕਾਰ ਕੋ ਇਸ ਮਾਹੌਲ ਦੇ ਵਿੱਚ? ਸਰਕਾਰ ਤੋਂ ਅਸੀਂ ਭਾਜੀ ਇਹੀ ਮੰਗ ਕਰਦੇ ਹਾਂ ਵੀ ਮੇਰੇ ਘਰ ਵਾਲੇ 'ਤੇ ਅੱਗੇ ਵੀ ਪਰਚਾ ਹੋਇਆ, ਹੁਣ ਪਰਚਾ ਨਾ ਕਰਨ, ਅਤੇ ਆਨੀ ਕਹਿੰਦੇ ਕਿ ਛੋਟੇ ਛੋਟੇ ਬੱਚੇ, ਅਸੀਂ ਤਾਂ ਕਿਤੇ ਜਾਣਾ ਨਹੀਂ, ਅਸੀਂ ਜੇ ਨਾ ਕੀਤਾ ਤਾਂ ਅਸੀਂ ਉੱਤੇ ਤੱਕ ਜਾਵਾਂਗੇ, DSP ਤੱਕ, ਜਿੱਥੇ ਜਿੱਥੇ ਜਾਇਆ ਜਾਊ ਜਾਵਾਂਗੇ, ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ। ਠੀਕ ਹੈ ਜੀ, ਮਕਾਨ ਦੇ ਛੋਲ ਵੀ ਅੰਗਲ ਇੱਡਾ ਵੱਡਾ ਹੈ, ਉਹਦੇ ਵੀ ਪਾਕੇ ਜਗ੍ਹਾ ਜਗ੍ਹਾ ਪਾਕੇ ਬੰਦੇ ਆ, ਨਸ਼ਾ ਵਗੈਰਾ ਉਹ ਨਹੀਂ ਫੜਿਆ ਜਾਂਦਾ, ਇਹ ਛੋਟੇ ਜਿਹੇ ਬੰਦੇ ਤੰਗ ਕਿਉਂ ਕਰ ਰਿਹਾ, ਇੱਕ ਪਿੱਛੇ ਵੀ ਤਾਂ ਚਲੋ ਉਹਨੇ ਪਰਚਾ ਕਰਤਾ ਸੀ, ਉਹਦਾ ਬਦਲਾ ਲੈ ਰਿਹਾ। ਸ਼ਾਇਦ ਸਾਨੂੰ ਨਹੀਂ ਪਤਾ ਸਾਡੇ ਮਾਮੂਲੀ ਜਿਹੇ ਘਰ ਦੇ ਵਿੱਚ ਇੰਨੀ ਜ਼ਿਆਦਾ ਪੁਲਿਸ ਆਈ ਹੈ, ਸਾਨੂੰ ਆਪ ਖੁਦ ਨੂੰ ਹੈਰਾਨਗੀ ਹੋਈ ਹੈ ਸੋਚ ਕੇ, ਸਾਨੂੰ ਖੁਦ ਨੂੰ ਹੈਰਾਨਗੀ ਹੋਈ ਸੋਚ ਕੇ ਕਿ ਅਣਗਲ ਦੇ ਵਿੱਚ ਹੋਰ ਵੀ ਕਾਰੋਬਾਰ ਚੱਲਣ ਦੇ ਕਰਨ ਦੇ ਆ, ਉਹਨਾਂ ਦੇ ਘਰਾਂ 'ਚ ਕੋਈ ਲੇਟ ਨਹੀਂ ਹੋਈ, ਸਿਰਫ ਸਾਡੇ ਹੀ ਘਰ ਹੋਈ ਆ। ਇਸ ਮੁੰਡੇ ਨਾਲ ਮਲਬੇ ਦੇ ਗਿਆ, ਮੈਂ ਘਰ ਨਹੀਂ ਆਈ, ਮੋਰ ਤਾਂ ਆ ਕੇ ਘਰ ਆ ਚਲਾਕੀ ਕੀਤੀ ਹੈ, ਕਹਿੰਦੇ ਤੁਸੀਂ ਮਾਰਿਆ ਵੀ ਹੈ ਜੋ ਚਾਚੀ ਦਾ, ਉਹ ਇਹਨਾਂ ਬੱਚਿਆਂ ਦੀ ਗੱਲ, ਚਾਚੀ ਆ ਅਨ ਚਾਚੀ ਚਾਚੀ ਇਧਰ ਆਈ ਆ, ਇੱਕ ਮਿੰਟ ਬੋਲੋ, ਸਾਹਮਣੇ ਵੇਖੋ ਤੁਸੀਂ, ਇਧਰ ਦੇਖੋ ਸਾਹਮਣੇ, ਇੱਕ ਮਿੰਟ, ਇਹ ਮੇਰੀ ਚਾਚੀ, ਇਹ ਨਾਲ ਦਾ ਘਰ ਆ ਸਾਡਾ, ਇਹਨਾਂ ਨੂੰ ਪੁੱਛ ਗਿੱਛ ਕੀਤੀ ਗਈ ਹੈ, ਤਾਂ ਕਿ ਝਿਰਕਾਂ ਵੀ ਮਾਰੀਆਂ ਗਈਆਂ ਆ, ਇਹ ਤਾਂ ਕਾਮ ਆ ਰਹੇ ਆ, ਇਹ ਆਪ ਹੀ ਦੱਸਣਗੇ ਤੁਹਾਨੂੰ, ਮੈਂ ਤੁਹਾਨੂੰ ਪੁੱਛਦਾ ਤਾਂ ਕਾਮ ਆ ਰਹੇ ਆ, ਮਗਰ ਤੁਸੀਂ ਹੁਣ ਸਰਕਾਰ ਕੋ ਕੀ ਮੰਗ ਕਰਦੇ ਹੋ? ਅਸੀਂ ਸਰਕਾਰ ਕੋ ਮੰਗ ਕਰਦੇ ਆ, ਠੀਕ ਆ, ਅਸੀਂ ਮਾਤਰ ਮੌਜੂਦ ਨੇ ਜੋ ਕਿ ਸਿਲੰਡਰਾਂ ਦੀ ਏਜੰਸੀ 'ਚ ਕੰਮ ਕਰਦੇ ਨੇ, ਅਤੇ ਉਹਨਾਂ ਦੇ ਭਰਾ ਜਿਹੜੇ ਨੇ ਉਹ ਮਿਹਨਤ ਮਜ਼ਦੂਰੀ ਮਿਸਤਰੀਆਂ ਦੇ ਨਾਲ, ਰਾਜ ਮਿਸਤਰੀਆਂ ਦੇ ਨਾਲ
ਤੇ ਹੋਰ ਮਜ਼ਦੂਰੀ ਦਾ ਕੰਮ ਕਰਦੇ ਨਾਲ ਉਹਨਾਂ ਦੇ ਧਰਮ ਪਤਨੀ ਸਾਡੇ ਨਾਲ ਹੈ ਬੱਚੇ ਛੋਟੇ ਜੇ ਔਰ ਤੁਸੀਂ ਖੁਦ ਦੇਖ ਸਕਦੇ ਜੇ ਕਿ ਉਹ ਗੈਸ ਏਜੰਸੀ ਦੀ ਯੂਨੀਫਾਰਮ ਦੇ ਵਿੱਚ ਖੜੇ ਨੇ ਸਾਡੇ ਕੋਲ ਹਾਂਜੀ ਭਾਈ ਤੁਹਾਡਾ ਨਾਂ ਕੀ ਜੀ ਭਾਈ ਨਾਮ ਮੇਰਾ ਸੂਰਜ ਹੈ ਸੂਰਜ ਜੀ ਕੀ ਮੁਸ਼ਕਲ ਹੋਈ ਹੈ ਕੱਲ ਕੀ ਹੈ ਕਾਰਾ ਰੇਟ ਮਾਰਿਆ ਇਹਦੇ ਬਾਰੇ ਦੱਸੋ ਭਾਈ ਮੈਂ ਇਹਨਾਂ ਕੋਲ ਪੁੱਛੋ ਭਾਈ ਉਹਨਾਂ ਨੂੰ ਜਿਹੜੇ ਆਏ ਘਰ ਵੀ ਮੈਂ 4 ਵਜੇ ਕਿੱਥੇ ਹੈਗਾ ਹਾਂ 4 ਵਜੇ ਆਣ ਕੇ ਨਾਲੇ ਭਾਈ ਘਰ ਆਏ ਆ ਦੋਨੇ ਬੂਹੇ ਖੁੱਲੇ ਵੱਡੇ ਦਾ ਮੇਰਾ ਵੀ ਠੀਕ ਹੈ ਚਲੋ ਕੱਲ ਉਹਨਾਂ ਨੇ ਚਪੇੜਾ ਮਾਰ ਕੇ ਪੁੱਛਿਆ ਵੀ ਤੇਰੇ ਮੰਮੀ ਪਾਪਾ ਕਿੱਧਰ ਗਏ ਆ ਮੈਂ ਦੱਸਿਆ ਵੀ ਆ ਤੇ ਆਂਦੇ ਵੀ ਆਪਣਾ ਵੀ ਤੈਨੂੰ ਤੇਰੇ ਪਾਪਾ ਮੇਰੇ ਨਾਲ ਖੜਨਾ ਹੈ ਤੇ ਫਿਰ ਉਹ ਆਉਣਗੇ ਤੇ ਮੈਂ ਕਿਹਾ ਮੈਂ ਰੋਇਆ ਹਾਂ ਵੀ ਮੈਂ ਨਹੀਂ ਜਾਣਾ ਤੇ ਇਹਨਾਂ ਨੇ ਜ਼ਬਰਦਸਤੀ ਕੀਤੀ ਤੇ ਮੈਂ ਨਹੀਂ ਗਿਆ ਫਿਰ ਮੈਂ ਨਹੀਂ ਗਿਆ ਤੇ ਫਿਰ ਮੈਂ ਉਹਨਾਂ ਨੇ ਕਿਹਾ ਵੀ ਆਏ ਹੀ ਸਾਰੇ ਉਹਦੇ ਮਦਰ ਉਹਦੇ ਮਾਤਾ ਜੀ ਸਾਡੇ ਨਾਲ ਨੇ ਤੇ ਉਹ ਦੱਸਣਗੇ ਤੁਹਾਨੂੰ ਆਪਣਾ ਕਿ ਕੀ ਪ੍ਰੋਬਲਮ ਆਈ ਸੀ ਔਰ ਕਿਸ ਤਰ੍ਹਾਂ ਪੁਲਿਸ ਵਾਲਿਆਂ ਨੇ ਇਹਨਾਂ ਨਾਲ ਨਜਾਇਜ਼ ਕੀਤੀ ਅਸੀਂ ਪੁੱਤ ਲੜਕੀ ਮੇਰੀ ਦਾ ਜਨਮ ਦਿਨ ਸੀ ਦੋਧੀ ਦਾ ਅਸੀਂ ਜਨਮ ਦਿਨ 'ਤੇ ਗਏ ਹਾਂ ਘਰ ਸਾਡੇ ਕੋਈ ਨਹੀਂ ਹੈਗਾ ਆਹ ਛੋਟਾ ਬੱਚਾ ਹੈ 12-13 ਸਾਲ ਦਾ ਇਹ ਬੱਚਾ ਘਰ ਹੈ ਇਹਦੇ ਕਰਕੇ ਮੈਂ TV ਲੱਗਾ ਰਹਿਣ ਤਾਂ ਇਹਨੂੰ ਘਰ ਛੱਡ ਗਈ ਹਾਂ ਕੋਈ ਜੀ ਸਾਡੇ ਘਰ ਨਹੀਂ ਸਾਡੀਆਂ ਲੰਬਾਰੀਆਂ ਵੀ ਨਾ ਟੋਲੀਆਂ ਸਾਡੇ ਨਾ ਬੈੱਡ ਵੀ ਟੋਏ ਨੇ ਸਾਡੀਆਂ ਲੰਬਾਰੀਆਂ ਟੋਈਆਂ ਤੇ ਦੇਖੋ ਸਾਡੇ ਨਾਲ ਬਹੁਤ ਧੱਕਾ ਹੁੰਦਾ ਮੁੰਡਾ ਮੇਰਾ ਏਜੰਸੀ 'ਚ ਜਾਂਦਾ ਛੋਟਾ ਜਿਹਦੇ ਨਾਲ ਆਵੇ ਤੇ ਇਹਨਾਂ ਇਹ ਵੇਖੋ ਮੇਰੇ 'ਤੇ ਹੀ ਪਰਚਾ ਪਾਤਾ ਹੈ ਤੇ ਮੇਰੇ ਮੁੰਡੇ 'ਤੇ ਵੀ ਕਹਿਣ ਡਿਆ ਪਰਚਾ ਪਾਉਣਾ ਹੈ ਜਨਾਬ ਅਸੀਂ ਬਹੁਤ ਜ਼ਿਆਦਾ ਸਾਨੂੰ ਪੁਲਿਸ ਨੇ ਤੰਗ ਕੀਤਾ ਤਿੰਨਾਂ ਬੱਚੇ ਸਾਡੇ 'ਤੇ ਮਾਂ ਪੁੱਤਾਂ ਦੇ ਪਰਚੇ ਪਾ ਤੇ ਕਿਹੜੇ ਬਹੁਤ 'ਚ ਪਾ ਤੇ ਕੀ ਸਾਥੋਂ ਫੜਿਆ ਲੋਕਡਾਊਨ ਦਾ ਸਮਾਨ ਵਧਿਆ ਸੀ ਜਿਹੜਾ ਮਾੜਾ ਮੋਟਾ ਉਹ ਸਰ ਵੇਖੋ ਸਾਰਾ ਅਨਗੜ ਕੰਮ ਕਰਦਾ ਹੈ ਤੋ ਲੋਕਡਾਊਨ ਦਾ ਸਮਾਨ ਸਾਡੇ ਘਰ ਵਧਿਆ ਸੀ ਕਿਤੇ ਉਹ ਜਿਹੜੇ ਨਿਆਣੇ ਨਾਲ ਇਕੱਠਾ ਇਕੁੱਠਾ ਕਰਕੇ ਸਾਰਾ ਇਹਨਾਂ ਡੱਬੇ 'ਚ ਪਾ ਕੇ ਤੇ ਉਹ ਲੈ ਗਏ ਅਸੀਂ ਘਰ ਨਹੀਂ ਜੀਗੇ ਜਿਵੇਂ ਨਿੱਕੀ ਗੱਲ ਤੁਹਾਨੂੰ ਪੁੱਛਣਾ ਨਾ ਜਿਵੇਂ ਉਹਨੇ ਰੇਟ ਮਾਰਿਆ ਸੀ ਠੀਕ ਹੈ ਬਾਕੀ ਵੀ ਘਰਾਂ ਪਟਾਕੇ ਉਸੇ ਕਿਉਂ ਰੇਟ ਮਾਰਿਆ ਤੁਹਾਡੇ ਕਿਉਂ ਰੇਟ ਮਾਰਿਆ ਇਹਨਾਂ ਸਾਡੇ ਘਰ ਰੇਟ ਮਾਰਿਆ ਸਾਡੀ ਸਾਰੀ ਗਲੀ 'ਚ ਵੀ ਬੰਦ ਹੈ ਸਾਡੀ ਗਲੀ 'ਚ ਸ਼ਰਾਬਾਂ ਵੀ ਵਿਕਦੀਆਂ ਨੇ ਕਿਸੇ ਦੇ ਘਰ ਨਹੀਂ ਆਉਂਦੇ ਸ਼ਰਾਬ ਵੀ ਵਿਕਦੀ ਸਾਡੀ ਗਲੀ 'ਚ ਗੋਲੀ ਗੱਟਾ ਵੀ ਵਿਕਦਾ ਤੇ ਨਾ ਕਿਸੇ ਦੇ ਘਰ ਗੋਲੀ ਗੱਟੇ ਨੂੰ ਜਾਂਦੇ ਨਾ ਸ਼ਰਾਬ ਨੂੰ ਜਾਂਦੇ ਆ ਇਹ ਸਾਡੇ ਘਰ ਸਿੱਧਾ ਹੀ ਆ ਗਏ ਨੇ ਦੋ ਵੇਰਾ ਸਾਡੇ ਘਰ ਇਹੋ ਜਿਹੇ ਪੁਲਿਸ ਆਉਂਦੀ ਆ ਬਾਹਰ ਦੇ ਅਫਸਰ ਆਉਂਦੇ ਨੇ ਸਾਨੂੰ ਸਮਝ ਨਹੀਂ ਆਉਂਦੀ ਵੀ ਆਉਂਦੇ ਸਾਡੇ ਲਈ ਕਾਹਦੇ ਲਈ ਮੈਂ ਨਿੱਕੀ ਗੱਲ ਪੁੱਛਣ ਦਿੰਦਾ ਹੁਣ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੋ ਕਰਦੇ ਸਾਨੂੰ ਪੁਲਿਸ ਤੰਗ ਕਰਦੀ ਸਾਨੂੰ ਪੁਤੰਗ ਨਾ ਕਰੇ ਅਸੀਂ ਦਿਹਾੜੀ ਕਰਕੇ ਵੀ ਖਾ ਲੈਂਦੇ ਹਾਂ ਅਸੀਂ ਕਾਰੋਬਾਰ ਵੀ ਬੱਚਿਆਂ ਨੂੰ ਛਡਾ ਦਿੰਦੇ ਹਾਂ ਤੇ ਮੇਰਾ ਮੁੰਡਾ ਏਜੰਸੀ 'ਚ ਲੱਗਾ ਸਾਥੇ ਜਿਹੜੇ ਪਰਜੇ ਪਾਏ ਪਰਚੇ ਕਿਹੜੇ ਬੋਝ ਪਾ ਦੇ ਇੱਕ ਪਰਚਾ ਪਾਉਂਦੇ ਇੱਕ ਮੁੰਡੇ ਦੇ ਮੁੰਡੇ ਵੱਡੇ ਦੇ ਪਾਉਂਦੇ ਜਿਹੜਾ ਕੰਮ ਕਰਦਾ ਦੂਜਿਆਂ ਦੇ ਤਿੰਨ ਤੁਹਾਡੇ ਦੇ ਕਾਹਦਾ ਪਰਚਾ ਪਾਉਂਦੇ ਆ ਤੇ ਮੇਰਾ ਪਰਚਾ ਤੁਹਾਡੇ ਦੇ ਕਾਹਦਾ ਪਰਚਾ ਪਾਉਂਦੇ ਇਹਦੇ ਬਾਰੇ ਦੱਸੋ ਤੁਹਾਡੇ ਦੇ ਕਾਹਦਾ ਪਰਚਾ ਮੈਨੂੰ ਦੱਸਣਾ ਵੀ ਮੇਰੇ ਤੇ ਕਾਹਦਾ ਪਾਇਆ ਮਗਰ ਚੀਜ਼ ਦਾ ਪਰਚਾ ਤੁਹਾਡੇ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਸ ਤਰ੍ਹਾਂ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਇਹ ਮੇਰੇ ਤੇ ਧੱਕਾ ਕਰੇ ਕੀਤਾ ਜਾਂਦਾ ਕੋਈ ਪਰਸਨਲ ਤੁਹਾਡੀ ਕੋਈ ਰੰਜਿਸ਼ ਹੈ ਇਹਨਾਂ ਨਾਲ ਕੋਈ ਗੱਲ ਨਹੀਂ ਬਾਤ ਹੈ ਗਲੀ ਮੱਲਾ ਉਹ ਵੀ ਇਸ ਤਰ੍ਹਾਂ ਇਹੋ ਵੀ ਹਾਂ ਜਾਂ ਵੀ ਮਾੜੀ ਮੋਟੀ ਦਿਹਾੜੀ ਦਾ ਆਪਾਂ ਕਰਦਾ ਮੁੰਡਾ ਸਿਲੰਡਰ ਆਇਆ ਤੇ ਰੋਟੀ ਆਪਦੇ ਘਰ ਖਾਂਦੇ ਲੋਕਡਾਊਨ ਦੀ ਮੈਨੂੰ ਸੱਟ ਲੱਗੀ ਜਿਹੜਾ ਮੈਂ ਅਜੇ ਤੱਕ ਲੰਘੇ ਵਾ ਮੈਂ ਇਹ ਕੰਮ ਕਰ ਹੀ ਨਹੀਂ ਸਕਦੀ ਮੈਨੂੰ ਇਹ ਅੱਡੇ ਤੇ ਬੈਠੀ ਨੇ ਵੇਹਦੇ ਮੇਰੇ ਤੇ ਪਰਚਾ ਪਾ ਦਿੰਦੇ ਮੈਨੂੰ ਕੰਮ ਕਰਦੀ ਨੂੰ ਵੇਹਦੇ ਮੇਰੇ ਤੇ ਪਰਚਾ ਪਾ ਦਿੰਦੇ ਸਾਨੂੰ ਕੋਈ ਦੁੱਖ ਨਾ ਹੁੰਦਾ ਆ ਜਿਹੜੇ ਅਫਸਰ ਆਏ ਆ ਅਸੀਂ ਘਰ ਨਹੀਂ ਹੈ ਕਿਤੇ ਮੇਰੇ ਤੇ ਪਰਚਾ ਕਿਹੜੇ ਬੋਝ ਬਸ ਕਾਹਦਾ ਪਾਇਆ ਇਹ ਜਿਹੜੇ ਅਫਸਰ ਆਏ ਆ ਇਹ ਜਿਹੜੇ ਅਫਸਰ ਆਏ ਸਾਨੂੰ ਇਹਨਾਂ ਅਫਸਰਾਂ ਦਾ ਪਤਾ ਵੀ ਨਹੀਂ ਹੈਗਾ ਕਿਸੇ ਨੂੰ 3 ਫੀਤੀਆਂ ਕਿਸੇ ਨੂੰ 4 ਕਿਸੇ ਨੂੰ 5 ਸਾਨੂੰ ਤਾਂ ਸਮਝ ਵੀ ਨਹੀਂ ਹੈਗੀ ਵੀ ਅਫਸਰ ਹੈਗੇ ਜਿਹੜੇ ਨਹੀਂ ਜਿਹੜੀ ਐਸ ਐਚ ਓ ਆਈਏ ਉਹ ਆ ਗਏ ਧਮਕਿਆਂ ਨਾਲ ਨਹੀਂ ਇਹ ਐਸ ਆਈ ਜਿਹੜਾ ਦਿਲ ਬਾ ਗਏ ਉਹ ਤੁਹਾਨੂੰ ਕੀ ਕਹਿੰਦਾ ਮੈਡਮ ਉਹਨੇ ਆ ਕੇ ਸਾਡੀ ਜਿੱਠੀਓ ਨੂੰ ਦੇਰ ਦੇ ਨੂੰ ਉਹਨੂੰ ਵੀ ਆ ਕੇ ਚਪੇੜਾਂ ਕੱਢ ਮਾਰ ਗਏ ਮੇਰੀ ਦਰਾਣੀ ਨੂੰ ਧੱਕੇ ਮਾਰੇ ਆ